ਇੱਕ ਪਰਿਵਾਰ ਦੇ ਨਾਲ ਮਿਲਾਉਂਦੇ ਹਾਂ ਜਿਹੜੇ ਲੁਧਿਆਣੇ ਤੋਂ ਆਉਂਦੇ ਨੇ, ਰੋਜ਼ਾਨਾ ਸ਼ੰਭੂ ਬਾਰਡਰ ਤੇ ਉੱਪਰ ਪਹੁੰਚਦੇ ਨੇ ਔਰ ਆ ਕੇ ਸਫਾਈ ਕਰਦੇ ਨੇ। ਜਾਣੀ ਤੁਸੀਂ ਪੂਰੀ ਫੈਮਿਲੀ ਹੈ? ਹਾਂਜੀ ਸੀ, ਪੂਰੀ ਫੈਮਿਲੀ ਆ ਰਹੀ ਹੈ। ਬਹੁਤ ਜ਼ਿਆਦਾ ਡਿਸਪੋਜ਼ੇਬਲ ਗਲਾਸ ਔਰ ਬੋਤਲ ਥਾਲੀਆਂ ਦੀ ਬਹੁਤ ਗੰਦਗੀ ਸੀ, ਤਾਂ ਮੈਂ ਜਾ ਕੇ ਰਾਤ ਨੂੰ ਮੂਡ ਆਫ ਸੀਗਾ ਤੇ ਮੈਂ ਬੱਚਿਆਂ ਨਾਲ ਸਲਾਹ ਕੀਤੀ ਵੀ ਦੇਖੋ ਲੋਕ ਬਹੁਤ ਯੋਗਦਾਨ ਪਾ ਰਹੇ ਆ ਧਰਨੇ ਵਿੱਚ, ਅਤੇ ਅਗਰ ਤੁਸੀਂ ਮੇਰਾ ਸਾਥ ਦਿਓ ਤਾਂ ਆਪਾਂ ਸਿਰਫ ਉੱਥੇ ਜਾ ਕੇ ਸਫਾਈ ਕਰਨੀ ਹੈ, ਕਿਉਂਕਿ ਮੈਨੂੰ ਉੱਥੇ ਇੱਕ ਘਾਟ ਲੱਗੀ ਹੈ ਕਿ ਸਫਾਈ ਨਹੀਂ ਹੈ, ਪਰ ਇੱਥੇ ਸਾਨੂੰ ਆ ਕੇ ਝਾੜੂ ਵੀ ਲਿਆਉਣੇ ਪਏ, ਲਿਫਾਫੇ ਵੀ ਨਹੀਂ ਲਿਆਉਣੇ ਪਏ, ਗਲਵਜ਼ ਵੀ ਨਹੀਂ ਲਿਆਉਣੇ ਪਏ, ਸਭ ਕੁਛ ਇਹਨਾਂ ਨੇ ਹੀ ਦੇਤਾ। ਘਰਾਂ ਦੇ ਵਿੱਚ ਵੀ ਅਸੀਂ ਸਫਾਈ ਕਰਦੇ ਹਾਂ ਤਾਂ ਇੱਥੇ ਫਿਰ ਲੱਗਦਾ ਵੱਖਰਾ ਸਕੂਨ ਮਿਲਦਾ ਹੋਣਾ? ਹਾਂ, ਇੱਥੇ ਬਹੁਤ ਵੱਖਰਾ ਸਕੂਨ ਹੈ, ਕਿਉਂਕਿ ਜਿਹੜਾ ਵੀ ਲੰਘਦਾ, ਜਿੰਨੇ ਵੀ ਬਜ਼ੁਰਗ ਨੇ, ਜਿਉਂਦੀ ਰਹਿਤੀ ਹੈ, ਜਵਾਨੀਆਂ ਮਾਣੇ, ਕਹਿੰਦੇ ਨੇ ਕਈ ਇੱਕ ਪ੍ਰੇ ਕਰਦਾ ਬਹੁਤ ਮੈਟਰ ਕਰਦੀ, ਇੱਥੇ ਪਤਾ ਨਹੀਂ ਕਿੰਨੇ ਨੇ, ਅਤੇ ਜਿਹੜਾ ਵੀ ਆਉਂਦਾ ਆਪਣੀ ਅਸੀਸਾਂ ਹੀ ਦੇ ਕੇ ਜਾਂਦਾ, ਅਤੇ ਇਸ ਤੋਂ ਉੱਤੇ ਤਾਂ ਕੁਛ ਹੈ ਹੀ। ਸ਼ੰਭੂ ਬਾਰਡਰ ਦੇ ਉੱਪਰ ਸੇਵਾ ਕਰਨ ਵਾਲਿਆਂ ਦੀ ਕਮੀ ਨਹੀਂ ਹੈ, ਹਰ ਕੋਈ ਸ਼ੰਭੂ ਬਾਰਡਰ ਤੇ ਆ ਕੇ ਸੇਵਾ ਦੇ ਵਿੱਚ ਹਿੱਸਾ ਪਾ ਰਿਹਾ, ਕੋਈ ਲੰਗਰਾਂ ਦੇ ਵਿੱਚ ਹਿੱਸਾ ਪਾ ਰਿਹਾ, ਕੋਈ ਬਾਬਿਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਬੈਠਾ ਇਸ ਸੰਘਰਸ਼ ਦੇ ਵਿੱਚ, ਤਾਂ ਕੋਈ ਸਫਾਈ ਦੀ ਸੇਵਾ ਸੰਭਾਲੀ ਹੋਈ ਹੈ। ਇੱਕ ਪਰਿਵਾਰ ਦੇ ਨਾਲ ਮਿਲਾਉਂਦੇ ਹਾਂ ਜਿਹੜੇ ਲੁਧਿਆਣੇ ਤੋਂ ਆਉਂਦੇ ਨੇ, ਰੋਜ਼ਾਨਾ ਸ਼ੰਭੂ ਬਾਰਡਰ ਤੇ ਉੱਪਰ ਪਹੁੰਚਦੇ ਨੇ ਔਰ ਆ ਕੇ ਸਫਾਈ ਕਰਦੇ ਨੇ। ਜਿਹੜੇ ਲੰਗਰ ਦੇ ਵਿੱਚ ਡੂਨੇ ਬਚੇ ਹੁੰਦੇ ਨੇ ਜਾਂ ਕਿਸੇ ਤਰ੍ਹਾਂ ਦਾ ਇੱਥੇ ਸਾਫ਼ ਸਫਾਈ ਹੋਣ ਵਾਲੀ ਹੁੰਦੀ ਆ ਤਾਂ ਸਾਫ਼ ਸਫਾਈ ਕੀਤੀ ਜਾਂਦੀ ਹੈ, ਤਾਂ ਇਹ ਪੂਰਾ ਪਰਿਵਾਰ ਰੋਜ਼ਾਨਾ ਸ਼ੰਭੂ ਬਾਰਡਰ ਦੇ ਉੱਪਰ ਪਹੁੰਚਦਾ ਔਰ ਸਫਾਈ ਕਰਕੇ ਵਾਪਸ ਜਾਂਦੇ ਨੇ। ਤਾਂ ਗੱਲਬਾਤ ਕਰਦੇ ਹਾਂ ਬਾਈ ਜੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਅਜਿਤ ਮਾਨ। ਅੱਛਾ, ਕਿੱਦਣ ਦੇ ਆ ਰਹੇ ਹੋ ਤੁਸੀਂ ਇੱਥੇ? ਅਸੀਂ 13 ਤਰੀਕ ਦੇ ਆ ਰਹੇ ਹਾਂ। ਅੱਛਾ, ਹਾਂਜੀ। ਪਹਿਲਾਂ ਵੀ ਤੁਸੀਂ ਜਾਂਦੇ ਸੀਗੇ ਕਿਸਾਨ ਅੰਦੋਲਨ ਜਾਂ ਪਹਿਲੀ ਵਾਰ ਰਹੇ? ਪਹਿਲਾਂ ਜਦੋਂ ਦਿੱਲੀ 'ਚ ਰੱਖਿਆ ਸੀਗਾ 5 ਵਜੇ ਸੀਗਾ, ਉਦੋਂ ਵੀ ਗਿਆ ਸੀਗਾ, ਮੈਂ 2 ਮਹੀਨੇ ਲਾ ਕੇ ਆਇਆ ਸੀ ਉਦੋਂ। ਅੱਛਾ, ਹਾਂਜੀ। ਕੀ ਰੂਟੀਨ ਕੀ ਰਹਿੰਦੀ ਹੈ, ਕਿੰਨੇ ਵਜੇ ਆਉਂਦੇ ਹੋ ਔਰ ਕਿੰਨੇ ਵਜੇ ਜਾਂਦੇ ਹੋ? ਵੀਰੇ ਅਸੀਂ ਵੈਸੇ 1 ਵਜੇ ਆ ਜਾਂਦੇ ਹਾਂ, ਸ਼ਾਮੀ 7 ਵਜੇ ਜਾਂ 6 ਵਜੇ ਨਿਕਲ ਜਾਂਦੇ ਅਸੀਂ ਉੱਥੇ। ਅੱਛਾ, ਠੀਕ ਹੈ। ਕਿੰਨੇ ਜਣੇ ਤੁਸੀਂ? ਪੂਰੀ ਫੈਮਿਲੀ ਹੈ? ਹਾਂਜੀ ਸੀ, ਪੂਰੀ ਫੈਮਿਲੀ ਆ ਰਹੇ ਹਾਂ। ਅੱਛਾ, ਇਹ ਫਿਰ ਪੂਰੇ ਪਰਿਵਾਰ 'ਚ ਪਲਾਨ ਕੀਤਾ ਸੀਗਾ ਕਿ ਇਦਾਂ ਕਰਿਆ ਕਰੀਏ? ਮੰਮਾ, ਹਾਂਜੀ, ਉਹਨਾਂ ਨੇ ਕਿਹਾ ਸੀ ਤੇ ਫਿਰ ਅਸੀਂ ਸਾਰੇ ਇਕੱਠੇ ਹੋ ਕੇ ਆਉਣ ਲੱਗ ਗਏ। ਅੱਛਾ, ਅਤੇ ਇਹ ਤੁਸੀਂ ਦਿੱਤੀ ਫਿਰ ਸਲਾਹ ਸਾਰੀ? ਹਾਂਜੀ, ਅਸਲ ਵਿੱਚ ਨਾ ਵੀਰ ਜੀ, ਮੈਂ 14 ਤਰੀਕ ਨੂੰ ਆਈ ਸੀਗੀ, ਬੇਟਾ 13 ਨੂੰ ਆਇਆ, ਅਤੇ ਮੈਂ ਇਹਨੂੰ ਕਿਹਾ ਸੀ ਵੀ ਅਸੀਂ ਵੀ ਜਾਣਾ ਸ਼ੰਭੂ ਬਾਰਡਰ 'ਤੇ, ਤਾਂ ਜਦੋਂ ਅਸੀਂ ਇੱਥੇ 15 ਤਰੀਕ ਨੂੰ ਆਏ ਸੀ ਤਾਂ ਮੈਂ ਦੇਖਿਆ ਇੱਥੇ ਬਹੁਤ ਲੰਗਰ ਬਹੁਤ ਸੀਗੇ, ਬਹੁਤ ਸੁਵਿਧਾਵਾਂ, ਕੋਈ ਕਮੀ ਨਹੀਂ ਸੀ, ਲੇਕਿਨ ਉਸ ਦਿਨ ਮੈਂ ਦੇਖਿਆ ਕਿ ਬਹੁਤ ਜ਼ਿਆਦਾ ਡਿਸਪੋਜ਼ੇਬਲ ਗਲਾਸ ਔਰ ਬੋਤਲ ਥਾਲੀਆਂ ਦੀ ਬਹੁਤ ਗੰਦਗੀ ਸੀ, ਜੋ ਕਿ ਪਾਣੀ ਵੀ ਇਕੱਠਾ ਹੋਇਆ ਸੀ ਬਹੁਤ, ਮਤਲਬ ਕਿ ਮੈਨੂੰ ਇੱਥੇ ਆ ਕੇ ਮਹਿਸੂਸ ਹੋਇਆ ਕਿ ਆਪਾਂ ਘਰਾਂ ਦੇ ਵਿੱਚ ਬਹੁਤ ਸਫਾਈ ਵਿੱਚ ਰਹਿੰਦੇ ਹਾਂ, ਅਸੀਂ ਨਹੀਂ ਰਹਿੰਦੇ, ਸਾਡੇ ਕਿਸਾਨ ਵੀ ਬਹੁਤ ਅੱਛੇ ਆ ਘਰਾਂ ਵਿੱਚ ਔਰ ਬਹੁਤ ਸਫਾਈ ਵਿੱਚ ਰਹਿੰਦੇ ਆ। ਤਾਂ ਫਿਰ ਮੈਂ ਚਲੇ ਗਈ, ਕਿਉਂਕਿ ਮੇਰਾ ਮੂਡ ਬਹੁਤ ਖਰਾਬ ਹੋਇਆ ਕਿ ਦੇਖੋ ਕਿੰਨੇ ਅੱਛੇ ਪਰਿਵਾਰ ਦੇ ਲੋਕ ਇੱਥੇ ਆ ਕੇ ਕਿਵੇਂ ਟਰਾਲੀਆਂ ਦੇ ਵਿੱਚ ਬੈਠ ਕੇ ਆਪਣੀ ਲਾਈਫ ਨੂੰ ਬਤੀਤ ਕਰਨਾ ਬਹੁਤ ਟਫ ਹੈ। ਤਾਂ ਮੈਂ ਜਾ ਕੇ ਰਾਤ ਨੂੰ ਮੂਡ ਆਫ ਸੀਗਾ ਤੇ ਮੈਂ ਬੱਚਿਆਂ ਨਾਲ ਸਲਾਹ ਕੀਤੀ ਵੀ ਦੇਖੋ ਲੋਕ ਬਹੁਤ ਯੋਗਦਾਨ ਪਾ ਰਹੇ ਆ ਧਰਨੇ ਵਿੱਚ, ਅਤੇ ਅਗਰ ਤੁਸੀਂ ਮੇਰਾ ਸਾਥ ਦਿਓ ਤਾਂ ਆਪਾਂ ਸਿਰਫ ਉੱਥੇ ਜਾ ਕੇ ਸਫਾਈ ਕਰਨੀ ਹੈ, ਕਿਉਂਕਿ ਮੈਨੂੰ ਉੱਥੇ ਇੱਕ ਘਾਟ ਲੱਗੀ ਹੈ ਕਿ ਸਫਾਈ ਨਹੀਂ ਹੈ। ਤਾਂ ਫਿਰ ਸਾਰੇ ਬੱਚਿਆਂ ਨੇ ਮੇਰੇ ਨਾਲ ਸਹਿਮਤੀ ਕੀਤੀ, ਫਿਰ ਅਸੀਂ ਝਾੜੂ ਵਗੈਰਾ ਲਿਫਾਫੇ ਉੱਥੋਂ ਲੈ ਕੇ ਆਏ ਸੀ, ਪਰ ਇੱਥੇ ਸਾਨੂੰ ਆ ਕੇ ਝਾੜੂ ਵੀ ਨਹੀਂ ਲਿਆਉਣੇ ਪਏ, ਲਿਫਾਫੇ ਵੀ ਨਹੀਂ ਲਿਆਉਣੇ ਪਏ, ਗਲਵਜ਼ ਵੀ ਨਹੀਂ ਲਿਆਉਣੇ ਪਏ, ਸਭ ਕੁਛ ਇਹਨਾਂ ਨੇ ਹੀ ਦੇਤਾ। ਸਾਰਾ ਕੁਛ ਇੱਥੇ ਹੀ ਰੇਂਜ ਹੋ ਗਿਆ। ਹਾਂਜੀ, ਜਿਵੇਂ ਘਰਾਂ ਦੇ ਵਿੱਚ ਵੀ ਅਸੀਂ ਸਫਾਈ ਕਰਦੇ ਹਾਂ ਤਾਂ ਇੱਥੇ ਫਿਰ ਲੱਗਦਾ ਵੱਖਰਾ ਸਕੂਨ ਮਿਲਦਾ ਹੋਣਾ? ਹਾਂ, ਇੱਥੇ ਬਹੁਤ ਵੱਖਰਾ ਸਕੂਨ ਹੈ, ਕਿਉਂਕਿ ਜਿਹੜਾ ਵੀ ਲੰਘਦਾ, ਜਿੰਨੇ ਵੀ ਬਜ਼ੁਰਗ ਨੇ, ਜਿਉਂਦੀ ਰਹਿਤੀ ਹੈ,
ਨੇ, ਜਵਾਨੀਆਂ ਮਾਣੇ, ਤੇ ਉਹ ਚੀਜ਼ ਇੱਕ ਪੋਜ਼ਿਟਿਵਿਟੀ, ਕੋਈ ਇੱਕ ਬਜ਼ੁਰਗ ਕਹਿੰਦੇ ਨੇ ਕਿ ਇੱਕ ਪ੍ਰੇ ਕਰਦਾ ਹੈ, ਬਹੁਤ ਮੈਟਰ ਕਰਦੀ ਹੈ, ਤੇ ਪਤਾ ਨਹੀਂ ਕਿੰਨੇ ਨੇ ਤੇ ਜਿਹੜਾ ਵੀ ਆਂਦਾ ਆਪਣੀ ਅਸੀਸਾਂ ਹੀ ਦੇ ਕੇ ਜਾਂਦਾ ਹੈ, ਤੇ ਇਸ ਤੋਂ ਉੱਤੇ ਤਾਂ ਕੁਝ ਹੈ ਹੀ ਨਹੀਂ। ਅੱਛਾ, ਬੜਾ ਔਖਾ ਹੁੰਦਾ ਸਮਾਂ ਕੱਢਣਾ ਵੀ, ਜਿਵੇਂ ਲੁਧਿਆਣੇ ਤੋਂ ਆਉਣਾ ਔਰ ਸ਼ਾਮ ਨੂੰ ਫਿਰ ਵਾਪਸ ਜਾਣਾ, ਫਿਰ ਤੁਸੀਂ ਜੌਬ ਵਗੈਰਾ ਕਰਦੇ ਹੋ ਸਾਰੇ? ਨਹੀਂ, ਜੌਬ ਨਹੀਂ, ਮੈਂ ਆਰਟਿਸਟਿਕ ਫੀਲਡ 'ਚ ਸੀਗੀ, ਬਟ ਜਦ ਦਾ ਪ੍ਰੋਟੈਸਟ ਚੱਲ ਰਿਹਾ ਮੈਂ ਉਹ ਸਾਈਡ 'ਤੇ ਕੀਤਾ ਹੋਇਆ, ਅਤੇ ਔਖਾ ਤਾਂ ਕੁਛ ਵੀ ਨਹੀਂ ਹੈਗਾ। ਘੁੰਮਣ ਜਾਂਦੇ ਹਾਂ, ਸਭ ਤੋਂ ਪਹਿਲਾਂ ਯੂਥ ਹੁੰਦਾ ਹੈ, ਇੱਧਰ ਟੂਰ ਮਾਰ ਲਓ, ਉੱਧਰ ਮਾਰ ਲਓ, ਅਤੇ ਇੱਧਰ ਵੀ ਆ ਕੇ ਦੇਖੋ, ਇੱਧਰ ਵੀ ਤਾਂ ਜ਼ਰੂਰਤ ਹੈ। ਬਿਲਕੁਲ, ਹਾਂ, ਇਨਸਪਾਇਰ ਹੁੰਦੇ ਤੁਹਾਡੇ ਵੱਲ ਦੇਖ ਕੇ ਸਾਰੀ ਫੈਮਿਲੀ, ਪੁੱਛਦੇ ਲੋਕ? ਹਾਂ, ਬੀ ਓਨੈਸਟ, ਮੈਨੂੰ ਸੋਸ਼ਲ ਮੀਡੀਆ 'ਤੇ ਕਾਫੀ ਮੈਸੇਜਿਸ ਆਉਂਦੇ ਨੇ, ਕਈ ਵੀਰ ਨੇ ਇੱਦਾਂ ਦੇ ਜਿਹੜੇ ਭੈਣੇ ਲੋੜ ਪਈ ਦੱਸੀ ਨਾਲ ਖੜਾਂਗੇ, ਤੂੰ ਬਹੁਤ ਵਧੀਆ ਕਰ ਰਹੀ ਹੈ, ਅਤੇ ਜਦ ਮੀਨਸ ਪੋਜ਼ਿਟਿਵਿਟੀ ਮਿਲਦੀ ਹੈ, ਇੱਕ ਜਨੂਨ ਮਿਲਦਾ ਕਿ ਹਾਂ ਯਾਰ ਸਾਰੇ ਇੰਨਾ ਪਿਆਰ ਕਰ ਰਹੇ ਨੇ, ਤਾਂ ਹੋਰ ਕਿਉਂ ਨਹੀਂ ਆਪਾਂ ਅੱਗੇ ਵੱਧ ਕੇ ਕਰੀਏ। ਜਿਵੇਂ ਕਹਿੰਦੇ ਨੇ ਕਿ ਇੱਕ ਸ਼ੁਰੂਆਤ ਕਰਨੀ ਹੁੰਦੀ ਹੈ, ਜਿਵੇਂ ਤੁਸੀਂ ਆਪਣੇ ਲੁਧਿਆਣੇ ਤੋਂ ਸ਼ੁਰੂਆਤ ਕੀਤੀ, ਆਉਣਾ ਸ਼ੁਰੂ ਕੀਤਾ, ਤੁਹਾਨੂੰ ਦੇਖਦੇ ਹੋਣਗੇ ਤੁਹਾਡੇ ਆਂਢੀ ਗੁਆਂਢੀ ਵੀ, ਫਿਰ ਇਹ ਪਰਿਵਾਰ ਵਧਿਆ ਅੱਗੇ? ਆਂਢੀ ਗੁਆਂਢੀ ਸਾਡੀ ਜੁਆਇੰਟ ਫੈਮਿਲੀ ਹੈ, ਤੇ ਆਂਢੀ ਗੁਆਂਢੀ ਸਾਡੇ ਆਪਣੇ ਨਾਲ ਹੀ ਲੈ ਕੇ ਆਏ। ਕੌਣ ਕੌਣ ਆਇਆ ਵੈਸੇ ਘਰੋਂ? ਮੇਰੇ ਮਾਮੀ ਜੀ ਨੇ, ਬ੍ਰਦਰ ਹੈ, ਮੰਮਾ ਹੈ, ਫਾਦਰ ਸਾਹਿਬ ਮੇਰੇ ਜ਼ਿਆਦਾ ਬਹਿ ਨਹੀਂ ਸਕਦੇ, ਚੱਲ ਨਹੀਂ ਸਕਦੇ, ਉਹ ਪਹਿਲਾਂ ਆਏ ਸੀ, ਉਹ ਇੱਕ ਦਿਨ ਛੱਡ ਕੇ ਨਾਲ ਆ ਜਾਂਦੇ ਨੇ, ਮੰਮਾ ਨੇ, ਬਾਕੀ ਜਿਹੜੇ ਦੋਸਤ ਨੇ ਸਰਾਊਂਡਿੰਗ ਜਿਹੜੇ ਕਲੋਜ਼ ਨੇ ਸਾਰਿਆਂ ਨੂੰ ਲੈ ਕੇ ਆਉਂਦੇ। ਕਿ ਇੱਥੋਂ ਸ਼ੁਰੂ ਕੀਤਾ ਆਪਾਂ ਘੁੰਮਾ ਕੇ ਇੱਧਰ ਖਤਮ ਕਰ ਦੇਣਾ ਸਾਰਿਆਂ, ਅੱਜ ਜਿਵੇਂ ਇੰਨਾ ਘਰ ਹੋ ਗਿਆ, ਕੱਲ੍ਹ ਅਸੀਂ ਉਨ੍ਹਾਂ ਦਾ ਏਰੀਆ ਕਰ ਦੇਣਾ, ਪਰਸੋਂ ਹੀ ਇੰਨਾ ਘਰ ਏਰੀਆ ਕਰ ਦੇਣਾ, ਐਂ ਵੰਡਿਆ ਹੋਇਆ। ਵੈਸੇ ਤਾਂ ਹੋਰ ਵੀ ਇੱਥੇ ਸੇਵਾ ਕਰਦੇ, ਪਰ ਮੈਨੂੰ ਲੱਗਦਾ ਕਿ ਜਦੋਂ ਇੱਕ ਦੂਜੇ ਵੱਲ ਦੇਖਦੇ ਨੇ ਤਾਂ ਹੋਰ ਜ਼ਿਆਦਾ ਜੁੜਨੇ ਸ਼ੁਰੂ ਹੋ ਜਾਂਦੇ। ਬਹੁਤ ਜੁੜਦੇ ਨੇ, ਹੈਲਪ ਬਹੁਤ ਹੁੰਦੀ ਹੈ, ਔਰ ਜਿਵੇਂ ਜਿਵੇਂ ਸਾਫ਼ ਹੁੰਦਾ ਜਾਂਦਾ ਨਾ, ਫਿਰ ਉੱਥੇ ਜਦ ਜਾਈਦਾ ਹੈ ਉਦੋਂ ਗੰਦਾ ਹੁੰਦਾ ਹੈ, ਨਾਲ ਸਫਾਈ ਕਰੀ ਜਾਓ, ਜਦੋਂ ਆ ਕੇ ਦੇਖੀਦਾ ਇੰਨਾ ਕੁ ਸਾਫ਼ ਹੁੰਦਾ ਨਾ, ਵਧੀਆ ਲੱਗਦਾ, ਫਿਰ ਲੱਗਦਾ ਅਸੀਂ ਕੀਤਾ। ਕਿੰਨੇ ਵਜੇ ਚਲੇ ਜਾਂਦੇ ਫਿਰ ਰਾਤ ਨੂੰ? ਹੁਣ ਦੇਖੋ ਜਦ ਤੱਕ ਹੋਊਗੀ ਕਰਾਂਗੇ, ਉਸ ਤੋਂ ਬਾਅਦ ਫਿਰ ਕਰਾਂਗੇ। ਅੱਗੇ ਵੀ ਜਾਂਦੇ ਹੋ ਫਿਰ ਇੱਧਰ ਟਰਾਲੀਆਂ ਵਾਲੇ ਪਾਸੇ? ਹਾਂ, ਕਾਫੀ ਅੱਗੇ ਤੱਕ, ਉਦਣ ਵੀ ਇੱਧਰ ਕੀਤੀ ਸੀ, ਇੱਧਰ ਰਹਿ ਗਈ ਸੀਗੀ, ਤਾਂ ਇਸ ਕਰਕੇ ਇੱਧਰ ਅੱਜ ਜ਼ਿਆਦਾ ਜ਼ਰੂਰੀ ਸੀਗਾ। ਚਲੋ ਠੀਕ ਆ, ਤੁਸੀਂ ਕਰ ਲਓ ਸੇਵਾ, ਤਾਂ ਇਹ ਪਰਿਵਾਰ ਹੈ ਜਿਹੜਾ ਲੁਧਿਆਣੇ ਤੋਂ ਆਇਆ ਹੋਇਆ, ਤਾਂ ਸੇਵਾ ਦੇ ਵਿੱਚ ਇੱਥੇ ਜੁਟੇ ਨੇ, ਝਾੜੂ ਲਾ ਰਹੇ ਨੇ, ਤਾਂ ਇਹ ਡੂਨੇ ਦੇਖੋ ਪਏ ਹੋਏ ਨੇ, ਤਾਂ ਇਹਨਾਂ ਨੂੰ ਇਕੱਠੇ ਕਰਕੇ ਇੱਕ ਜਗ੍ਹਾ ਦੇ ਉੱਪਰ ਪਾ ਰਹੇ ਨੇ, ਤਾਂ ਇਹ ਤਸਵੀਰ ਹੈ ਛੰਭੂ ਬਾਰਡਰ ਦੇ ਉੱਪਰ, ਹਰ ਰੰਗ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰ ਰਹੇ ਹਾਂ, ਜਿੱਥੇ ਅਥਰੂ ਗੈਸ ਦੇ ਗੋਲੇ ਵਰਦੇ ਤੁਹਾਨੂੰ ਦਿਖਾਏ, ਜਿੱਥੇ ਲੰਗਰ ਚੱਲ ਰਹੇ ਨੇ ਉਹ ਚੀਜ਼ਾਂ ਤੁਹਾਨੂੰ ਦਿਖਾਈਆਂ, ਜਿੱਥੇ ਬਜ਼ੁਰਗ ਜਿਹੜੇ ਨੇ ਟਰਾਲੀਆਂ ਦੇ ਵਿੱਚ ਡਟੇ ਹੋਏ ਨੇ ਉਹ ਤੁਹਾਨੂੰ ਰੰਗ ਦਿਖਾਏ, ਔਰ ਕਿਵੇਂ ਚਾਹ ਦੇ ਲੰਗਰ ਚੱਲਦੇ ਨੇ ਉਹ ਤੁਹਾਨੂੰ ਦਿਖਾਇਆ, ਕਿਵੇਂ ਨੌਜਵਾਨ ਜੋਸ਼ ਦੇ ਨਾਲ ਇੱਥੇ ਪਹਿਰਾ ਦੇ ਰਹੇ ਨੇ ਉਹ ਤੁਹਾਨੂੰ ਦਿਖਾਇਆ, ਔਰ ਇਹ ਵੀ ਇੱਕ ਰੰਗ ਹੈ ਕਿ ਪੂਰਾ ਪਰਿਵਾਰ ਜਿਹੜਾ ਲੁਧਿਆਣੇ ਤੋਂ ਆਉਂਦਾ ਸਫਾਈ ਕਰਨ ਦੇ ਵਾਸਤੇ, ਕਿਉਂਕਿ ਇੱਥੇ ਪੂਰਾ ਦਿਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਆਉਂਦੇ ਨੇ ਔਰ ਦੂਜੇ ਪਰਿਵਾਰ ਇੱਥੇ ਆਉਂਦੇ ਨੇ ਦੇਖਣ ਦੇ ਵਾਸਤੇ ਕਿ ਕੀ ਮਾਹੌਲ ਹੈ, ਕਿਵੇਂ ਲੋਕ ਇੱਥੇ ਰਹਿ ਰਹੇ ਨੇ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਜਦੋਂ ਇੱਥੇ ਮਿਕਸ ਹੁੰਦੀਆਂ ਨੇ ਤਾਂ ਲੰਗਰ ਛਕਦੇ ਨੇ ਜਦੋਂ ਲੋਕ ਇੱਥੇ ਆ ਕੇ, ਤਾਂ ਡੂਨੇ ਜਿਹੜੇ ਹੁੰਦੇ ਨੇ ਚਾਹੇ ਪਾਣੀ ਵਾਲੇ ਡਿਸਪੋਜ਼ਲ ਗਲਾਸ ਹੋਣ ਚਾਹੇ ਖਾਣੇ ਵਾਲੇ ਹੋਣ, ਤਾਂ ਉਹ ਇੱਦਾਂ ਪਏ ਰਹਿੰਦੇ ਨੇ, ਤਾਂ ਪਰਿਵਾਰ ਕਹਿੰਦਾ ਕਿ ਅਸੀਂ ਜਦੋਂ ਦੇਖਿਆ ਤਾਂ ਲੋੜ ਮਹਿਸੂਸ ਕੀਤੀ ਔਰ ਸਾਰਾ ਪਰਿਵਾਰ ਇੱਥੇ ਆਉਣਾ ਸ਼ੁਰੂ ਹੋ ਗਿਆ, ਤਾਂ ਇਹ ਬੜੀ ਖੂਬਸੂਰਤ ਤਸਵੀਰ ਹੈਗੀ ਆ ਇਸ ਧਰਨੇ ਦੀ। ਲੋੜ ਹੈ, ਜੇਕਰ ਕੋਈ ਸੰਘਰਸ਼ ਵਿੱਢਿਆ ਜਾਂਦਾ ਤਾਂ ਉਹਦੇ ਵਿੱਚ ਯੋਗਦਾਨ ਦੇਣਾ ਚਾਹੀਦਾ। ਕੈਮਰਾਮੈਨ ਮੋਨੂ ਦੇ ਨਾਲ ਮਨਪ੍ਰੀਤ ਸਿੰਘ ਕਾਲੋਂ, ਜਗਬਾਣੀ ਟੀਵੀ, ਛੰਭੂ ਬਾਰਡਰ।